ਵੱਡੀ ਰੱਲੇ ਪਈ ਨਿਭਦੀ ਆ ਕਮਲਿਆਂ ਦੀ ਗੱਲ ਯਕਦਮ ਜਦਨ ਪਟੀ ਗਈ। ਜਿਹਨੂੰ ਸਮਝ ਆਉਂਦੀ ਪਈ ਉਹ ਬੰਦਾ ਤਾੜੀ ਮਾਰੇ, ਮੈਨੂੰ ਪਤਾ ਲੱਗ ਸੀ ਜਾਗਦੇ ਬੈਠੇ। ਵੱਡੀ ਰੱਲੇ ਪਈ ਨਿਭਦੀ ਆ ਕਮਲਿਆਂ ਦੀ ਗੱਲ ਯਕਦਮ ਜਦਨ ਪਟੀ ਗਈ। ਮਹਤਾਬ ਗਰੀਬ ਤੂੰ ਇਸੇ ਥੁੜਾਕੇ ਚ ਸ਼ਾਮੀ ਪਿੰਨੀ ਹੋਈ ਖੈਰ ਵਿਟੀ ਗਈ। ਸੰਗਤਾਂ ਦੀ ਬੂਟੀ ਇੰਜ ਹੋਇਆ ਯਕਦਮ ਉਹ ਜਦਨ ਪਟੀ ਗਈ। ਬਸ ਸਾਡੇ ਮੁੱਕ ਗਈ ਆਸ ਤੇ ਤਰੁੱਟ ਗਏ ਸਾਂਗੇ, ਸਾਡੀ ਕਦਣ ਦੀ ਖੇਡ ਖੇਡੀ ਗਈ। ਤਵੱਜੋ ਕਰੇ ਸੋ ਹੁਣ ਤੁਹਾਡੀ ਤਵੱਜੋ ਹੈ ਉਸਤਾਦ ਆਰਿਫ ਸਾਹਿਬ, ਉਸਤਾਦ ਕਮਰ ਕਤਾਲਪੁਰੀ ਸਾਹਿਬ। ਮੈਂ ਸਬਕ ਸੁਣਾ ਰਿਹਾ ਕਿ ਮੁਹੱਬਤ ਦੇ ਰੂਪ ਵਿੱਚ ਕਹੇ ਅਗਿਆਰ ਦਾ ਸਾਡੀ ਈਮਾਨ ਨੂੰ ਸ਼ਾਇਦ ਜੰਗ ਲੱਗ ਗਿਆ। ਤਵੱਜੋ ਕਰੋ, ਗੱਲ ਇੰਨੇ ਇੱਕ ਪੜ੍ਹੀ ਲਿਖੀ ਜਾਈ, ਉਸਤਾਦਾਂ ਨੂੰ ਸਬਕ ਸੁਣਾ ਦਿੰਦੇ ਹਾਂ। ਮੁਹੱਬਤ ਦੇ ਰੂਪ ਵਿੱਚ ਕਹੇ ਅੰਗਰੇਜ਼ ਦਾ, ਮੁਹੱਬਤ ਦੇ ਰੂਪ ਵਿੱਚ ਕਹੇ ਕਿਸੇ ਗੈਰ ਦਾ, ਸਾਡੀ ਫਿਤਰਤ ਨੂੰ ਤੀਰੇ ਤੁਫੰਗ ਲੱਗ ਗਿਆ ਏ, ਵਿੱਚੋਂ ਗੈਰਤ ਦੇ ਇਹ ਤੀਰ ਇੰਜ ਜਾ ਗਿਆ ਏ, ਸਾਡੇ ਈਮਾਨ ਨੂੰ ਸ਼ਾਇਦ ਜੰਗ ਲੱਗ ਗਿਆ ਏ। ਸਾਡੇ ਈਮਾਨ ਨੂੰ ਸ਼ਾਇਦ ਜੰਗ ਲੱਗ ਗਿਆ ਏ। ਹੁਣ ਤਵੱਜੋ ਕਰਨੀ ਹੈ ਕਿ ਕੀ ਕਰਨਾ ਏ ਮੁੜ ਬੇਈਮਾਨੀਆਂ ਨੂੰ, ਜਦਾਂ ਪਖਤ ਦੇ ਮਗਰ ਜ਼ਵਾਲ ਏ, ਮੱਝੀ ਨੂੰ ਬੁੱਢਣ ਮਹਿਣਾ ਹੈ ਸਾਡੇ ਮੁਲਕ ਚ ਆਮ ਮਿਸਾਲ ਏ। ਕਿਵੇਂ ਹਿੰਦੂਆਂ ਨੂੰ ਤਬਲੀਗ ਕਰਾਏ, ਜੋ ਸਾਡੇ ਆ ਈਮਾਨ ਦਾ ਹਾਲ ਏ, ਜੋ ਅਫਸੋਸ ਗਿਲਾਸ ਨੂੰ ਹੀ ਬੰਨ ਸਟਿਓ ਮਹਤਾਬ ਜੰਜੀਰ ਦੇ ਨਾਲ, ਅਫਸੋਸ ਗਿਲਾਸ ਨੂੰ ਹੀ ਬੰਨ ਸਟਿਓ ਮਹਤਾਬ ਜੰਜੀਰ ਦੇ ਨਾਲ। ਅਗਲੇ ਸ਼ੇਰ ਤੇ ਤਵੱਜੋ ਕਰੀ ਕਿ ਕੱਖ ਆਪਣੇ ਪਰਭਾਰੇ ਲੱਖ ਤੂੰ ਹੀ ਚੰਗੇ ਨੇ, ਕੱਖ ਆਪਣੇ। ਮੈਂ ਕੋਸ਼ਿਸ਼ ਕਰਨ ਦੋ ਨਾ ਕਿ ਅਦਬ ਸੁਣਾਵੀਏ ਤਾਂ ਕਿ ਕਿਸੇ ਨੂੰ ਫਾਇਦਾ ਹੋ ਜਾਵੇ। ਕਿ ਕੱਖ ਆਪਣੇ ਪਰਭਾਰੇ ਲੱਖ ਤੂੰ ਹੀ ਚੰਗੇ ਨੇ, ਕਦੀ ਮੰਗਵਾਂ ਜ਼ੇਵਰ ਪਾਏ ਨਹੀਂ, ਭਾਵੇਂ ਘੋੜੇ ਤੇ ਚੜ ਕੇ ਸੈਲਾ ਨਿਕਲੀ ਉਹਨੂੰ ਖਾਲੀ ਕਤਨ ਹਟਾਏ ਨਹੀਂ, ਡਿੱਠੇ ਸਾਏ ਜਾਏ ਵਕਤ ਦੇ ਸ਼ਾਹ ਪਿੰਦੇ, ਵਧ ਵਾਏ ਤੂੰ ਕਰਜ਼ਾ ਚਾਏ ਨਹੀਂ, ਰਾਤੋ ਰਾਤ ਮਹਤਾਬ ਅਮੀਰ ਹੋਇਆ ਏ, ਮਿਨਾ ਤੇਈ ਔਕਾਤ ਭੁਲਾਏ ਨਹੀਂ। ਚੰਗਾ ਅਸਲਾਮੁ ਅਲੈਕੁਮ। ਇੱਕ ਦੋੜਾ ਸੁਣਾਈਨੇ ਆ ਜੀ, ਤੁਹਾਡਾ ਜ਼ੌਕ ਚੈੱਕ ਕਰੀਏ ਕਿ ਮੇਰਾ ਹੱਥ ਤੰਗ ਡਿੱਠਾ ਜੀ। ਜਿਹੜੇ ਬੰਦੇ ਤਵੱਜਾ ਕਰੇ ਸਨ ਗੱਲ ਦੀ ਸਮਝ ਆ ਜਾ ਸੀ। ਰਮਜ਼ਾਨ ਭਾਈ ਤਵੱਜੋ ਕਰੇ ਸੋ ਕਿ ਮੇਰਾ ਹੱਥ ਤੰਗ ਡਿੱਠਾ ਜੀ, ਉਦਲਿਆਂ ਦੇ ਆਹਕਾਮ ਮੰਨਦਾ ਵਤਨਾ ਹੈ, ਔਕਾਤ ਦੀ ਡੋਰ ਹੱਥ ਖਾਲਿਕ ਦੇ ਵੇਲੇ ਜ਼ੁਲਮ ਕਰਨ ਦਾ ਵਤਨਾ ਹੈ। ਤੁਹਾਡੇ ਜ਼ਰਫ ਤੂੰ ਸਦਕੇ ਵੱਖ ਵੰਡ ਦੇ, ਅਰ ਆਪ ਗੁਲੈਂਦਾ ਵਤਨਾ ਹੈ, ਰੇਸ਼ਮ ਦੀ ਚਾਦਰ ਡਿੰਗਰ ਤੇ ਸੱਟ ਕੇ ਮਹਤਾਬ ਛਿਕੈਂਦਾ ਵਤਨਾ। ਸੇ ਭਾਈਆ ਆ ਸਾਨੂੰ ਪਾਕ ਨੇ ਪੁੱਜਦਾ ਜਿਹੜਾ ਕੰਮ ਹੋਇਆ ਖਲੋਤਾ ਹੈ ਮੰਮੀ ਡੈਡੀ ਵਾਲਾ, ਬਹੁਤ ਉਹਦਾ ਕ੍ਰਿਕਟ ਹਾਲ ਗਿਆ ਕਰ, ਤੇਰੀ ਬੜੀ ਮਿਹਰਬਾਨੀ।
ਕਿ ਨਾ ਨਾ ਸਦਿਆਂ ਅਰਫ ਸਤੱਤਾ ਵੇਨਾ ਹੈ, ਜਦਣ ਵੀ ਵੇਨਾ ਹੈ ਕੁਰੱਤਾ ਵੇਨਾ ਹੈ। ਕਦੀ ਤਾਂ ਮਰਜ਼ਾ ਦੇ ਦਾਰੂ ਆਸੇ ਅੱਜ ਤਾਂ ਚਿੱਟੇ ਤੇ ਰੱਤਾ ਵੇਨਾ ਹੈ। ਮਿਹਰਬਾਨੀਆਂ ਅੱਲਾ ਪਾਕ ਤਾਂ ਪਹਿਲੇ ਕਲਮ ਬਣਾਈ, ਕਾਇਨਾਤ ਬਣਾਈ, ਉਸ ਬਾਅਦ ਵਿੱਚ ਉਸ ਕਲਮ ਤੇ ਅੱਜ ਪਾਬੰਦੀਆਂ ਹਨ। ਜਮਹੂਰੀਆ ਨਾਮ ਨਿਹਾਦ ਵਿੱਚ ਲਿਖੇ ਕੌਣ ਕਸੀਦੇ ਸ਼ਾਹਾਂ ਦੇ, ਕੋਹਰਾਮੇ ਦਿਲ ਨਾ ਸ਼ਾਦ ਵਿੱਚ ਸੱਚ ਲਿਖਣਾ ਯਾਰ ਗੁਨਾਹ ਹੋਇਆ ਹੈ ਮੇਰੇ ਪਾਕਿਸਤਾਨ ਆਜ਼ਾਦ ਵਿੱਚ। ਜੀ ਇਹਨਾਂ ਦੀ ਕਿਵੇਂ ਤਰਤੀਬ ਲਾਈ ਹੋਈ ਨੇ, ਇਵੇਂ ਮੈਂ ਬਾਈ ਮਹਤਾਬ ਨੂੰ ਸਦੇਨਾ ਤਾਂ ਕਿ ਨਾ ਇਹ ਮੁਸ਼ਹਿਰੇ ਦਾ ਕੋਈ ਮਾਹੌਲ ਬਣਾਵੇ। ਤੁਹਾਡੀ ਤਾੜੀਆਂ ਦੀ ਗੂੰਜ ਮਹਤਾਬ ਸਾਹਿਬ ਆਓ ਜੀ।